400 रुपए का लैन देन से 400 का लैन देन करके इन्हों की धूत मुहिम हुई है। तो रात में वो जिहड़ा मुंडा जिहड़ा दूसरा लक्की नाम का मुंडा से उन्हें आके सिर पर बैट मारते आ सलाहपुर गए जिथे दो नौजवान दिहाड़ी दर सन 200 रुपए के लेन देन लैके दोवां नौजवानां दे विच बहसबाजी हुई जिस तों बाद प्यो पुत ते दूजे नौजवान वालों बेसबॉल दे नाल हमला कर दिता गया। इलाज के दौरान नौजवान की मौत हो गई जिस तों बाद परिवार का रो रो के बुरा हाल है। मृतक नौजवान के परिवारिक मैंबरां अते पिंड वासियां ने दस्या कि 200 रुपए के लैन देन नूं लैके झगड़ा होया। उन्हें दस्या कि नौजवान का कतल कर दिता गया अते दोषी नूं सख्त तों सख्त सज़ा देनी चाहीदी है। ਗੱਲ ਕੋਈ ਨੀ ਭਾਜੀ ਚੰਗਾ ਇਹਨਾਂ ਦਾ ਪਹਿਲਾਂ ਬਹਿਣ ਖਲੋਣ ਕੋਈ ਵੈਰ ਨਹੀਂ ਵੀਰ ਦਾ 2400 ਦੇ ਨਾਲ ਇਕੱਠੀ ਮਜ਼ਦੂਰੀ ਕਰਦਿਆਂ ਦੀ ਗੱਲ ਹੋਈ ਕੋਈ ਨੀ ਜਦੋਂ ਸਾਰੇ ਛਡਾ ਚੜੂ ਕੇ ਚੱਲ ਗਏ ਇਹਨਾਂ ਨੇ ਇਕੱਲਿਆਂ ਦੇ ਵਾਰ ਕੀਤਾ ਘਰੋਂ ਕੱਢ ਗਏ ਬੂਹੇ ਗਾੜੀ ਆਣ ਕੇ ਗਾਲਾਂ ਕੱਢੀਆਂ ਉਹਨਾਂ ਨੇ ਜਦੋਂ ਇਹ ਪਿਓ ਪੁੱਤ ਬਾਹਰ ਨਿਕਲੇ ਉਹਨਾਂ ਨੇ ਫੜ ਕੇ ਬੈਟ ਬੜਿਆ ਹੀ ਸਿਰ 'ਚ ਮਾਰ ਕੇ ਮੁੰਡਾ ਉੱਤੇ ਹੀ ਮਕਾ ਤਾ ਹਸਪਤਾਲ ਖੜਦਿਆਂ ਖੜਦਿਆਂ ਹੀ ਮੁੱਕ ਗਿਆ ਨੇ ਸਾਹ ਹੀ ਨਹੀਂ ਲਿਆ ਸਾਰਾ ਕਸਾਰਾ ਜੇ ਸ਼ੁਰੂ ਹੀ ਹੋਇਆ ਉਹਦਾ ਜਿੱਦਾਂ ਸਾਡਾ ਪੁੱਤ ਗਿਆ ਕਿਤੇ ਬਰਾਬਰ ਤੇ ਹੀ ਉਹਨਾਂ ਨੂੰ ਵੀ ਮੇਰਾ ਵੀਰ ਇਕੱਲਾ ਹੀ ਰਹਿ ਗਿਆ ਕਿਤੇ ਪਿਓ ਪੋਤੀ ਪਕਾ ਕੇ ਖਾਂਦੇ ਸੀ ਕਿਤੇ ਇਹਨਾਂ ਨੇ ਅੱਜ ਹੀ ਸਜ਼ਾ ਹੋਵੇ ਕਿਤੇ ਕੋਈ ਗਾਂ ਤੋਂ ਕਿਤੇ ਹੱਥ ਨਾ ਚੁੱਕੇ ਜਿੱਦਾਂ ਹੀ ਵੀਰ ਕਿਤੇ ਇਹਦੇ ਵੀ ਏਦਾਂ ਹੀ ਮਿਲਕਣ ਗੱਲ ਇਹ ਸੀ ਕਿ ਪਹਿਲਾਂ ਇਕੱਠੇ ਮਜ਼ਦੂਰੀ ਕਰਦੇ ਰਹੇ ਆ ਇਹਨਾਂ ਦਾ ਕੋਈ ਵੈਰ ਵਿਰੋਧ ਨਹੀਂ ਸੀ ਇਕੱਠੇ ਸਾਰਾ ਕੰਮ ਕਰਦੇ ਆ ਕੋਈ 200-400 ਰੁਪਏ ਦਾ ਲੈਣ ਦੇਣ ਸੀ 200-400 ਦਾ ਲੈਣ ਦੇਣ ਕਰਕੇ ਇਹਨਾਂ ਦੀ ਧੂਤ ਮੁਹਿੰਮ ਹੋਈ ਆ ਅਤੇ ਰਾਤ ਨੂੰ ਉਹ ਜਿਹੜਾ ਮੁੰਡਾ ਜਿਹੜਾ ਦੂਸਰਾ ਲੱਕੀ ਨਾਂ ਦਾ ਮੁੰਡਾ ਸੀ ਉਹਨੇ ਆਣ ਕੇ ਇਹਦੇ ਸਿਰ 'ਤੇ ਬੈਟ ਮਾਰਤੇ ਆ ਖਲੋਤੇ 'ਤੇ ਕੋਈ ਲੜਾਈ ਝਗੜਾ ਨਹੀਂ ਇੱਦਾਂ ਆਣ ਕੇ ਬੈਟ ਮਾਰਤੇ ਅਤੇ ਉਹ ਜਿਹੜਾ ਬੱਚਾ ਛੋਟਾ ਕੋਈ 18 ਸਾਲ ਜਿਹੜਾ ਸ਼ੁਰੂ ਹੋਏ ਸੀ ਉਹਦੇ 18 ਸਾਲ ਤੋ ਉੱਥੇ ਉੱਥੇ ਬੋਲਿਆ ਹੀ ਨਹੀਂ ਆ ਬਸ ਥਾਂ 'ਤੇ ਮੇਰਾ ਖਿਆਲ ਤੱਕ ਉਹਦੀ ਮੌਤ ਹੋ ਗਈ ਆ ਉਸ ਤੋਂ ਬਾਅਦ ਉਹਦੇ ਪਿਓ ਦੇ ਮਾਰੀ ਆ ਕੋਈ ਪਿਓ ਦੀ 40-50 ਸਾਲ ਦੀ ਉਮਰ ਆ ਅਤੇ ਉਹ ਪਿਓ ਵੀ ਫੱਟਰ ਪਿਆ ਵਾ ਹੋਸਪਿਟਲ ਵਿੱਚ ਅਤੇ ਮੈਂ ਤਾਂ ਪ੍ਰਸ਼ਾਸਨ ਕੋਲ ਅਤੇ ਸਰਕਾਰ ਕੋਲ ਇਹ ਮੰਗ ਕਰਦਾ ਕਿ ਉਹ ਜਿਹੜੇ ਕਾਤਲ ਨੇ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਉਹ ਜਿਹੜੇ ਸ਼ਰਾਰਤੀ ਅੰਸਰ ਨੇ ਇਹੋ ਜਿਹੇ ਜੇਕਰ ਪੰਜਾਬ ਨੂੰ ਆਪਾਂ ਚੰਗੇ ਲਈ ਅਤੇ ਪੰਜਾਬ ਨੂੰ ਵਿੱਚ ਸੁਧਾਰ ਕਰਨਾ ਚਾਹੁੰਦੇ ਹਾਂ ਤਾਂ ਕਿ ਇਹੋ ਜਿਹੀਆਂ ਵਾਰਦਾਤਾਂ ਅਣਹੋਣੀਆਂ ਨਾ ਹੋਣ ਅਤੇ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਜਿੰਨਾ ਚਿਰ ਆਪਾਂ ਇਸ ਕਾਨੂੰਨ ਸਖ਼ਤ ਨਾ ਬਣਾਵਾਂਗੇ ਉਨਾ ਚਿਰ ਸਾਡੇ ਪੰਜਾਬ ਵਿੱਚ ਸੁਧਾਰ ਨਹੀਂ ਹੋਣਾ ਬਾਕੀ ਹੈ ਕਿ ਕੋਈ ਵੀ ਜਿਹੜੇ ਆਗੂ ਆ ਸਿਆਸੀ ਆਗੂ ਉਹਨਾਂ ਨੂੰ ਮੈਂ ਕਹਿੰਦਾ ਕਿ ਜਿਹੜਾ ਗਲਤ ਬੰਦਾ ਉਹਦੀ ਸਿਫਾਰਸ਼ ਨਾ ਕਰਨ ਉਹਦੀ ਸਪੋਰਟ ਨਾ ਕਰਨ ਜਦੋਂ ਅਸੀਂ ਗਲਤ ਬੰਦਿਆਂ ਦੀ ਸਪੋਰਟ ਕਰਦੇ ਹਾਂ ਮਿਹਨਤ ਕਰਦੇ ਹਾਂ ਉਹਨਾਂ ਦੇ ਹੌਸਲੇ ਜਿਹੜੇ ਹੋਰ ਬੁਲੰਦ ਹੁੰਦੇ ਆ ਉਹ ਫਿਰ ਜਿਹੜਾ ਜੁਰਮ ਹੈ ਉਹ ਵੱਧਦਾ ਉਹ ਘੱਟਦਾ ਨਹੀਂ ਆ ਅਤੇ ਮੈਂ ਪ੍ਰਸ਼ਾਸਨ ਸਰਕਾਰ ਕੋਲ ਮੰਗ ਕਰਦਾ ਕਿ ਇਹ ਇਕੱਲਾ ਦੋਨੋਂ ਪਿਓ ਪੁੱਤ ਸੀ ਪਹਿਲਾਂ ਇਹਨਾਂ ਦੀ ਮਾਤਾ ਸੀ 6 ਮਹੀਨੇ ਪਹਿਲਾਂ ਉਹਦੀ ਵੀ ਡੈਥ ਹੋ ਗਈ ਸੀ ਦੋਨੋਂ ਪਿਓ ਪੁੱਤ ਸੀ ਦੋਨੋਂ ਹੀ ਕਾਂਦੇ ਸੀ ਅਤੇ ਕਮਾਉਂਦੇ ਸੀ ਹੋਰ ਕੋਈ ਇਹਨਾਂ ਦਾ ਮਾਤਾ ਪਿਤਾ ਵੀ ਜਿਹੜਾ ਨਹੀਂ ਆ ਸਿਰ 'ਤੇ ਅਤੇ ਇਸ ਕਰਕੇ ਘਰ ਦਾ ਅਤੇ ਜੇ ਮੈਂ ਕਹਾਂ ਕਿ ਬੇੜਾ ਗਰਕ ਇਹ ਤਾਂ ਬਿਲਕੁਲ ਵਾਕਿਆ ਹੀ ਬੇੜਾ ਗਰਕ ਹੋ ਗਿਆ ਵਾ ਅਤੇ ਇਹ ਪ੍ਰਸ਼ਾਸਨ ਕੋਲ ਮੇਰੀ ਪਰਜ਼ੋਰ ਅਪੀਲ ਆ ਕਿ ਇਹਨਾਂ ਨੂੰ ਸਖ਼ਤ ਸਜ਼ਾ ਜਿਹੜੀ ਦਿੱਤੀ ਜਾਵੇ। ਉਧਰ ਇਸ ਮਾਮਲੇ 'ਚ SHO ਸੁਖਰਾਜ ਸਿੰਘ ਨੇ ਕਿਹਾ ਕਿ 200 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਇਹ ਝਗੜਾ ਹੋਇਆ। 3 ਲੋਕਾਂ ਨੇ ਬੇਸਬਾਲ ਦੇ ਨਾਲ ਇੱਕ ਨੌਜਵਾਨ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਨੌਜਵਾਨ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਉਹਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪੋਸਟਮਾਰਟਮ ਤੋਂ ਬਾਅਦ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਾਡੇ ਕੋਲ ਇੱਕ ਇੰਟੀਮੇਸ਼ਨ ਆਈ ਸੀਗੀ ਕਿ ਪਿੰਡ ਸਲਾਹਪੁਰ ਦੇ ਵਿੱਚ ਇੱਕ ਲੜਕਾ ਨੌਜਵਾਨ ਲੜਕਾ ਜਿਹਦਾ ਕਿ ਮਰਡਰ ਹੋ ਗਿਆ ਅਤੇ ਉਹਦੀ ਜਿਹੜੀ ਡੈਥ ਆ ਉਹ ਗੁਰੂ ਨਾਨਕ ਦੇਵ ਹੋਸਪਿਟਲ ਅੰਮ੍ਰਿਤਸਰ ਜਾ ਕੇ ਉੱਥੇ ਦੌਰਾਨੇ ਇਲਾਜ ਜਿਹੜੀ ਉਹ ਹੋਈ ਆ। ਇਹਦੇ ਵਿੱਚ ਅਸੀਂ ਪਿੰਡ ਜਾ ਕੇ ਸਾਰਾ ਤਾਲਮੇਲ ਕੀਤਾ ਅਤੇ ਸਾਨੂੰ ਪਤਾ ਲੱਗਾ ਕਿ ਇੱਕ ਲੜਕੇ ਦਾ ਨਾਂ ਹੈਗਾ ਆ ਸੁਖਪ੍ਰੀਤ ਸਿੰਘ ਇਲੀਅਸ ਸਾਜਨ ਅਤੇ ਉਹਦੇ ਸੱਟਾਂ ਲੱਗੀਆਂ ਅਤੇ ਇੱਕ ਉਹਦੇ ਫਾਦਰ ਮੰਗਲ ਸਿੰਘ ਦੇ ਦੋਵਾਂ ਦੇ ਸੱਟਾਂ ਲੱਗੀਆਂ। ਤਿੰਨਾਂ ਬੰਦਿਆਂ ਨੇ ਉਹਨਾਂ ਨੇ ਦੱਸਿਆ ਵੀ ਸਾਨੂੰ ਜਿਹੜੀਆਂ ਸੱਟਾਂ ਲੱਗੀਆਂ ਉਹਨਾਂ ਨੇ ਬਿਆਨ ਦੇ ਵਿੱਚ ਆਪਣੇ 'ਚ ਲਿਖਾਇਆ ਸਿਮਰਨਜੀਤ ਸਿੰਘ ਇਲੀਅਸ ਲੱਕੀ ਨੇ, ਦੂਜਾ ਹੈਗਾ ਈਸ਼ਵਰ ਸਿੰਘ ਅਤੇ ਤੀਸਰਾ ਹੈਗਾ ਜੀ ਜਸਪਾਲ ਸਿੰਘ। ਸਾਰੇ ਦੋਸ਼ੀ ਵੀ ਅਤੇ ਮਦਈ ਵੀ ਸਾਰੇ ਇੱਕੋ ਪਿੰਡ ਦੇ ਹੀ ਆ, ਪਿੰਡ ਸਲਾਹਪੁਰ ਦੇ ਆ। ਇਹਨਾਂ ਨੇ ਉਹਦੇ ਸੱਟਾਂ ਲਾ ਕੇ ਉਹਦੇ ਸਿਰ 'ਚ ਸੱਟਾਂ ਲਾਈਆਂ ਜਿਹਦੇ ਕਾਰਨ ਉਹਦੀ ਦੌਰਾਨੇ ਇਲਾਜ ਜਿਹੜੀ ਆ ਗੁਰੂ ਨਾਨਕ ਦੇਵ ਹੋਸਪਿਟਲ ਅੰਮ੍ਰਿਤਸਰ ਜਿਹੜੀ ਉਹ ਡੈਥ ਹੋ ਗਈ ਅਤੇ ਇਹਦੇ ਬੇਸ 'ਤੇ ਅਸੀਂ ਜਿਹੜੀ FIR ਨੰਬਰ 29
अंडर सैक्शन 302 323 506 34 IPC जी थानागादियाँ जी दर्ज कर ली गई अज ते इस तो इलावा जी असी दर्ज की जी मंगल सिंह की स्टेटमेंट उत्ते जिहड़ा कि उस लड़के का जिहड़ा मृतक है वह फादर है मंगल सिंह ने भी सट लगी उहदी अख ते सट हैगी है ते उहदी स्टेटमेंट असी नोट करके ते FIR रजिस्टर कर दित्ती है। ये जो हूँ तक प्रिलिमिनरी इन्वेस्टिगेशन सामने आया भी वो को एक लकड़ी का मुंगला टाइप सगा जिन्हों कह लो देसी बेसबाल कह लो तो वो सट की समझ आती है। बाकी पोस्टमार्टम रिपोर्ट तो बाद ही असं फाइनल कर सकते हैं तो दोषियों की पूछगिछ तो बाद फाइनल हो सकता कि होर कोई वैपन यूज़ होया कि नहीं हो। वजह रंजिश यह हैगी है जी जी दोषी धिर आ सिमरनजीत सिंह लक्की इन्होंने कित 200 रुपया उन्होंने लड़के के पिता मंगल सिंह उधार दिता सी जी तो एक दो तीन महीने पुरानी गल सी तो वो पैसे मंगन गया तो इन्होंने कहा जी तेन दे देंगे तो उत्थे इन्हों की तू मैं हो गई वो तो आधा घंटा बाद इन्हें अपना ईश्वर सिंह तो इन्होंने नाल लिया तो पहला मंगल सिंह की कुटमार की उस बाद बेटे की की तो करके जी बेटे की डैथ हो गई। सर कोई दोषी गिरफ्तार किया गया? दोषियों को असी टीम भेजिया हुई हैं जी तो मेरी मेरा कॉन्टैक्ट होया जी दोषी जरा मृतक है जुवेनाइल नहीं नहीं मृतक जुवेनाइल नहीं जी ये आधार कार्ड मुताबिक यदि डेट ऑफ बर्थ 2004 की है जी वो हिसाब के नाल 19 साल उम्र बनती है। बाकी ये मैटर ऑफ इन्वेस्टिगेशन है वेरीफाई करांगे असी। दस दी कि पुलिस का कहना है कि मृतक नौजवान के पिता के बयान के आधार से उन्होंने वालों बनती कानूनी कार्रवाई शुरू कर दी गई है। यह भी दसाया जा रहा है कि मुलजम फरार चल रहे ने उन्होंने छापेमारी भी की जा रही है। गुरदासपुर तो रोहित गुप्ता पंजाबी लोक चैनल।